ਲੋਕ ਸਭਾ ਹਲਕਾ ਜਲੰਧਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਨੀਟੂ ਸ਼ਟਰਾਂ ਵਾਲੇ ਨੂੰ ਜਿੱਥੇ ਆਮ ਲੋਕਾਂ ਦਾ ਸਾਥ ਮਿਲ ਰਿਹਾ ਹੈ, ਉੱਥੇ ਹੀ ਹੁਣ ਨੀਟੂ ਸ਼ਟਰਾਂ ਵਾਲੇ ਨੂੰ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਵੱਲੋਂ ਵੀ ਸਾਥ ਦਿੱਤਾ ਜਾ ਰਿਹਾ ਹੈ। ਦੇਸ਼ ਦੇ ਮਸ਼ਹੂਰ ਪਹਿਲਵਾਨ ਦ ਗ੍ਰੇਟ ਖਲੀ ਵੱਲੋਂ ਨੀਟੂ ਸ਼ਟਰਾਂ ਵਾਲੇ ਨੂੰ ਆਪਣੇ ਅਕੈਡਮੀ ਵਿੱਚ ਬੁਲਾ ਕੇ ਵਿਸ਼ੇਸ਼ ਤੌਰ 'ਤੇ ਮਾਣ ਸਨਮਾਨ ਦਿੱਤਾ ਗਿਆ। ਇਹ ਸਰ ਖਲੀ ਸਰ ਲੜਨਗੇ ਜੰਗ ਆਪਣੇ ਰੈਸਲਿੰਗ ਦੇ ਵਿੱਚ, ਮੈਂ ਇਲੈਕਸ਼ਨ ਦੇ ਵਿੱਚ ਲੜੂੰਗਾ, ਪਰ ਅਸੀਂ ਦੋਨੇ ਜਿੱਤ ਜਾਵਾਂਗੇ, ਹਿੰਦੁਸਤਾਨ ਨੂੰ ਔਰ ਪੂਰੇ ਵਰਲਡ ਨੂੰ ਅੱਗੇ ਲੈ ਕੇ ਜਾਵਾਂਗੇ, ਫੇਮਸ ਕਰ ਦਾਂਗੇ ਸਰ। ਆਉਣ ਵਾਲੇ ਵਰਲਡ ਵਿੱਚ ਪੰਜਾਬ ਦਾ, ਹਿੰਦੁਸਤਾਨ ਦਾ ਨਾਮ ਹੋਏਗਾ ਕਿ ਖਲੀ ਇੰਡੀਆ ਇਜ਼ ਬੈਸਟ ਔਰ ਨੀਟੂ ਇੰਡੀਆ ਬੈਸਟ ਹੋਊਗਾ ਸਰ। ਇਹ ਸਰ ਮੋਦੀ ਸਰਕਾਰ ਤੱਕ ਵੀ ਸਾਨੂੰ ਆਪਾਂ ਜਾਵਾਂਗੇ। ਪ੍ਰਚਾਰ ਕੀਆ ਔਰ ਫਾਈਟ ਕਰੀ, ਬਾਕੀ ਹਾਰਨੇ ਤੋਂ ਇਤਨਾ ਤੋ ਚਲਦਾ ਰਹਿਤਾ ਹੈ। ਅਗਰ ਕਿਤਨੇ ਮਤਲਬ 500 ਕਿਤਨੇ ਵੋਟ ਪ੍ਰਾਪਤ, ਮੈਂ ਕਹਤਾ ਹੂੰ ਆਪਕੀ ਹਿੰਮਤ ਕੇ ਮੈਂ ਦਾਅ ਦੇਤਾ ਹੂੰ ਯਾਰ, ਕਿ ਕੋਈ ਵੀ ਪਰਿਵਾਰ ਕਾ ਬੰਦਾ ਵੀ ਇੱਕ ਲੜ ਸਕਤਾ ਹੈ, ਆਮ ਇਨਸਾਨ ਇੱਕ ਇਲੈਕਸ਼ਨ ਲੜ ਸਕਤਾ ਹੈ, ਇਹ ਬਹੁਤ ਬੜੀ ਬਾਤ ਹੈ। ਮਤਲਬ ਇਸ ਮੌਕੇ ਨੀਟੂ ਸ਼ਟਰਾਂ ਵਾਲੇ ਨੇ ਗ੍ਰੇਟ ਖਲੀ ਦੇ ਸਾਥ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਉਹਨਾਂ ਨੂੰ ਇਸੇ ਤਰ੍ਹਾਂ ਹੋਰ ਸਾਥ ਮਿਲਦਾ ਰਹੇਗਾ। ਸਰ ਖਲੀ ਜੀ ਨੇ ਆ ਕੇ ਮੇਰਾ ਹੌਸਲਾ ਵਧਾ ਤਾ ਔਰ ਇੰਨਾ ਹੌਸਲਾ ਵਧਾ ਤਾ ਕਿ ਮੈਨੂੰ ਲੱਗਦਾ ਕਿ ਜੇ ਖਲੀ ਜੀ ਮੈਂ ਹੀ ਬਣ ਗਿਆ ਹੁਣ, ਅੱਜ ਦੀ ਰਿੰਗ ਦਾ ਖਲੀ ਜੀ ਤਾਂ ਮੈਂ ਬਣ ਗਿਆ। ਔਰ ਜਿੱਦਾਂ ਕਿ ਖਲੀ ਸਰ ਹੈਗੇ ਆ ਔਰ ਆਪਾਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਕਰਦੇ ਹਾਂ। ਇਹਨਾਂ ਨੇ ਸਰ ਜੋ ਤਾਕਤ ਔਰ ਜੋ ਐਨਰਜੀ ਮੈਨੂੰ ਦਿੱਤੀ ਆ, ਮੈਂ ਇਹ ਕਹੂੰਗਾ ਕਿ ਹਿੰਦੁਸਤਾਨ ਦੇ ਹਰ ਬੱਚੇ ਨੂੰ ਕਿ ਖਲੀ ਜੀ ਨੂੰ ਦੇਖੋ, ਉਹਨਾਂ ਵੱਲ ਦੇਖ ਕੇ ਆਪਾਂ ਆਪਣਾ ਹੌਸਲਾ ਹੋਰ ਵਧਾਈਏ। ਨਹੀਂ ਸਰ ਮੈਂ ਰੋ ਰੋ ਕੇ ਕਮਲਾ ਹੋ ਗਿਆ ਸੀਗਾ, ਮੈਂ ਤਾਂ ਸੋਚਣ ਰਿਹਾ ਸੀ ਮੇਰੀ ਜ਼ਿੰਦਗੀ ਖਤਮ ਹੋ ਗਈ, ਲੇਕਿਨ ਖਲੀ ਜੀ ਨੂੰ ਮਿਲ ਕੇ ਮੈਨੂੰ ਐਸੀ ਸ਼ਕਤੀ, ਅੰਦਰੋਂ ਸ਼ਕਤੀ ਮਿਲੀ ਆ ਕਿ ਜਿਹਨੂੰ ਮੈਂ ਜਜ਼ਬਾਤ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਮੈਨੂੰ ਕਿੰਨੀ ਸ਼ਕਤੀ ਮਿਲੀ। ਉਹਨਾਂ ਨਾਲ ਹੱਥ ਮਿਲਾ ਕੇ ਇੰਨੀ ਐਨਰਜੀ ਪਾਵਰ ਮਿਲ ਗਈ ਹੈ ਕਿ ਜਿਵੇਂ ਲੱਗਦਾ ਕਿ ਮੈਂ ਸ਼ਕਤੀਮਾਨ ਬਣ ਗਿਆ ਜੀ। ਔਰ ਮੈਂ ਹਰ ਇੱਕ ਬੱਚੇ ਨੂੰ ਕਹਿੰਦਾ ਵੀ ਹਿੰਦੁਸਤਾਨ ਦੇ ਬੱਚਿਆਂ ਨੂੰ ਕਿ ਜਿਹਨੇ ਆਪਣੀ ਤਾਕਤ ਨੂੰ ਖੋ ਲਿਆ, ਉਹ ਖਲੀ ਜੀ ਨੂੰ ਦੇਖਣ ਅਤੇ ਉਹ ਖਲੀ ਜੀ ਵਾਂਗੂ ਬਣਨਾ ਕੋਸ਼ਿਸ਼ ਕਰਨ। ਹਾਂਜੀ ਸਰ ਜ਼ਰੂਰ, ਹਾਂ ਮੈਂ ਇਹਨਾਂ ਕੋਲ ਨਾ ਰੈਸਲਿੰਗ ਦੇ ਵਿੱਚ ਸਾਰੇ ਦਾਅ ਪੇਚ ਸਿੱਖ ਕੇ ਔਰ ਉਹ ਮੈਂ ਕਿੱਥੇ ਅਜਮਾਊਂਗਾ, ਉਹ ਮੈਂ ਇਲੈਕਸ਼ਨ ਦੇ ਵਿੱਚ ਅਜਮਾਊਂਗਾ। ਇੱਧਰੋਂ ਇਹ ਇਲੈਕਸ਼ਨ ਦੇ ਵਿੱਚ ਮੈਂ ਉੱਧਰ ਫੱਟੇ ਚੱਕੂੰਗਾ, ਇਹ ਰੈਸਲਿੰਗ ਦੇ ਵਿੱਚ ਫੱਟੇ ਚੱਕਣਗੇ, ਫਿਰ ਇੱਥੋਂ ਆਪਾਂ ਕਿੱਲੀ ਉਡਾਉਣੀ, ਸਵੇਰੇ ਜਲੰਧਰ, ਸ਼ਾਮ ਨੂੰ ਦਿੱਲੀ, ਦਿੱਲੀ ਤੱਕ ਆਪਾਂ ਸਿੱਧੀ ਆਪਣੀ ਗੱਡੀ ਲੈ ਕੇ ਜਾਣੀ ਹੈ। ਅਗਲੀ ਵਾਰ ਆਪਾਂ ਲੋਕ ਸਭਾ ਦੇ ਇਲੈਕਸ਼ਨ ਆਪਾਂ ਜਿੱਤ ਕੇ ਦਿਖਾਉਣੇ ਹੈ। ਜਿੱਤ ਕੇ ਦਿਖਾਉਣੇ, ਤੁਸੀਂ ਇਹ ਕਿਹਾ ਕਿ ਅਸੀਂ ਦੋਨੋਂ ਜਾਣੇ, ਅਸੀਂ ਜਿਹੜੀ ਹੈਗੀ ਹੈ ਕਿ ਖਿੱਲੀ ਉਡਾਉਣੀ ਹੈ ਬਾਕੀ ਪੋਲੀਟਿਕਸ ਦੀ। ਹਾਂਜੀ, ਉਸ ਦਿਨ ਕਾਊਂਟਿੰਗ ਵਾਲੇ ਦਿਨ ਕਹਿ ਰਹੇ ਸੀ ਤੁਸੀਂ 9 ਦੀ 9 ਵਿਧਾਨ ਸਭਾ ਜਿਹੜੀ ਹੈਗੀ ਲੜੋਗੇ। ਹਾਂਜੀ, ਆਪਣੇ ਬੰਦਿਆਂ ਨਾਲ ਖੜੇ ਕਰਕੇ। ਜੀ ਸਰ, ਹੁਣ 50 ਵੀ ਖੜੇ ਕਰਾਂਗੇ ਸਰ, ਜੇ ਹੋਰ ਬਾਹਰੋਂ ਵੀ ਮੰਗਾਉਣੇ ਪੈਣਾ ਬਾਹਰੋਂ ਵੀ ਮੰਗਾ ਖੜੇ ਕਰਾਂਗੇ, ਕਿਉਂਕਿ ਜਿਹੜੀ ਇਹਨਾਂ ਨੇ ਮੇਰੀ 'ਚ ਐਨਰਜੀ ਭਰੀ ਆ ਨਾ, ਉਹ ਮੈਂ ਤਾਂ ਕਹਿੰਦਾ ਪਟੀਨ ਦੀ ਲੋੜ ਹੀ ਨਹੀਂ, ਅਤੇ ਹਜੇ ਤਾਂ ਇਹਨਾਂ ਦਾ ਹੱਥ ਹੀ ਮੇਰੇ ਸਿਰ 'ਤੇ ਹੈਗਾ, ਅਤੇ ਜੇ 2 ਦਿਨ ਮੈਂ ਇੱਥੇ ਰੈਸਲਿੰਗ ਦੇ ਲਾ ਤੇ ਅਤੇ ਫਿਰ ਤਾਂ ਮੈਂ ਜਿੱਤ ਜਾਊਂਗਾ ਜੀ, ਬਹੁਤ ਛੇਤੀ ਜਿੱਤ ਜਾਊਂਗਾ ਜੀ। ਖਲੀ ਜੀ ਬਾਰੇ ਕੀ ਕਹਿਣਾ, ਖਲੀ ਜੀ ਨੂੰ ਕਿੱਥੋਂ ਉਤਾਰੋਗੇ? ਜੀ ਖਲੀ ਜੀ ਨੂੰ ਮੈਂ ਉੱਥੇ ਉਤਾਰੂੰਗਾ ਜੀ, ਰਿੰਗ 'ਚ ਉਤਾਰੂੰਗਾ ਜੀ, ਇਹ ਰਿੰਗ 'ਚ ਫੱਟੇ ਚੱਕਣਗੇ ਖਿਲਾੜੀਆਂ ਦੇ। ਰਾਜਨੀਤੀ ਦੀ ਰਿੰਗ ਵਿੱਚੋਂ ਕਿਹੜੀ ਜਗ੍ਹਾ ਤੋਂ? ਨਹੀਂ, ਰਾਜਨੀਤੀ 'ਚ ਨਹੀਂ ਲੈਣਾ ਉਹਨਾਂ ਨੂੰ ਸਰ, ਇਹ ਸਾਡੇ ਗੁਰੂ ਹੈ ਜੀ, ਇਹ ਰਾਜਨੀਤੀ ਜੇ ਆਉਣਗੇ ਅਤੇ ਫਿਰ ਇਹਦੇ ਮੁੰਡੇ ਕੌਣ ਸਿੱਖਣਗੇ? ਆਪਣੇ ਪੰਜਾਬ ਦੇ ਬੱਚੇ ਜਿਹੜੇ ਆ ਉਹ ਕਿੱਦਾਂ ਐਕਟਿਵ ਬਣਨਗੇ, ਕਿੱਦਾਂ ਖਲੀ ਜੀ ਵਾਂਗੂ ਦੇਖ ਕੇ ਕੁਛ ਕਰ ਸਕਣਗੇ? ਜੋ ਖਲੀ ਜੀ ਨੇ ਕੀਤਾ ਉਹਨਾਂ ਦੇ ਉਦੇਸ਼ ਦੇ ਵਿੱਚ ਆਪਾਂ ਚੱਲਾਂਗੇ, ਕਿ ਜਿਵੇਂ ਆਪਾਂ ਭਗਤ ਸਿੰਘ ਨੂੰ ਲੈ ਲੈਂਦੇ ਹਾਂ, ਭਗਤ ਸਿੰਘ ਦੀ ਫੋਟੋ ਦੇਖ ਕੇ ਬੜੇ ਜਜ਼ਬੇ ਨਾਲ ਆਪਾਂ ਪੰਜਾਬੀ ਲੋਕ ਕਹਿੰਦੇ ਨੇ ਸਾਡਾ ਭਗਤ ਸਿੰਘ ਪੰਜਾਬ ਦਾ ਸੂਰਮਾ, ਜਿਹਨੇ ਕਿ ਆਪਣੇ ਬਿਨਾਂ ਕੁਛ ਕੀਤੇ, ਬਿਨਾਂ ਕੁਛ ਸੋਚੇ, ਬਿਨਾਂ ਪੈਸੇ ਦਾ ਕੋਈ ਚੀਜ਼ ਦਾ ਮਤਲਬ ਨਹੀਂ ਰੱਖ ਕੇ ਉਹਨੇ ਆਪਣੇ ਗਲ 'ਚ ਫਾਂਸੀ ਪਾ ਕੇ ਆਪਣੀ ਜਾਨ ਦਿੱਤੀ, ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ।
ਉੱਦਾਂ ਹੀ ਖਲੀ ਜੀ ਕਰਾਉਣਗੇ, ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਇਹ ਸੋਲਿਡ ਬਣਾ ਕੇ ਰਿੰਗ 'ਚ ਉਤਾਰਨਗੇ ਔਰ ਉਹ ਜਿੱਤ ਕੇ ਆਉਣਗੇ, ਪੰਜਾਬ ਦਾ ਔਰ ਹਿੰਦੁਸਤਾਨ ਦਾ ਨਾਮ ਉੱਚਾ ਹੋਏਗਾ, ਉਹ ਇੱਧਰ ਜਿੱਤਣਗੇ ਅਤੇ ਮੈਂ ਰਾਜਨੀਤੀ ਜਿੱਤੂੰਗਾ ਜੀ। ਥੈਂਕ ਯੂ ਜੀ। ਪਾਰਟੀ ਆਪਣੀ ਕਦੋਂ ਬਣਾ ਰਹੇ? ਸਰ ਪਾਰਟੀ ਨੇ ਹਜੇ ਬਣਾਉਣੀ, ਪਹਿਲਾਂ ਮੈਂ ਜਿੱਤੂੰਗਾ ਜੀ, ਕੋਈ ਇਲੈਕਸ਼ਨ ਜਿੱਤ ਕੇ ਉਸ ਤੋਂ ਬਾਅਦ ਪਾਰਟੀ ਬਣਾ, ਆਜ਼ਾਦ ਹੀ ਲੜੂ, ਹਜੇ ਆਜ਼ਾਦ ਹੀ ਲੜਾਂਗਾ ਸਰ, ਹਜੇ ਪਾਰਟੀਆਂ ਦਾ ਕੋਈ ਭਰੋਸਾ ਨਹੀਂ ਗਾ ਸਰ। ਇਹਨਾਂ ਨੇ ਕੀ ਕਰ ਦੇਣਾ, ਅੰਦਰ ਖਾਤੇ ਵਿੱਚ ਲਾ ਕੇ ਫਿਰ ਹਰਾ ਦੇਣ, ਕਹਿਣਗੇ ਵੀ ਬੰਦਾ ਹਾਰ ਹੀ ਜਾਂਦਾ ਬਾਰ ਬਾਰ, ਇਹਨੂੰ ਅਸੀਂ ਕਿੱਥੇ ਨਾ ਰੱਖਣਾ। ਇੱਦਾਂ ਨਹੀਂ ਕਰਨਾ ਸਰ, ਆਪਣਾ ਅਲੱਗ ਤਰੀਕੇ ਨਾਲ ਕਰਕੇ ਕੰਮ ਹੈ। ਜਿੱਤ ਕੇ ਫਿਰ ਇਹਨਾਂ ਵਿੱਚ ਜਾਊਂਗਾ, ਜਿਹੜੀ ਪਾਰਟੀ ਜਾਊਂਗਾ ਉਸ ਪਾਰਟੀ ਵਿੱਚ ਐਜੂਕੇਸ਼ਨ ਔਰ ਬੱਚਿਆਂ ਦੀ ਖੇਡਾਂ, ਬੱਚਿਆਂ ਨੂੰ ਜਿੰਮ ਜੁਆਇਨ ਜੋ ਵੀ ਹੈ ਨਾ, ਇਹਨਾਂ ਦੇ ਸਹੀ ਭਵਿੱਖ ਵਾਸਤੇ ਜਿਹੜੀ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ, ਨੌਕਰੀਆਂ ਇਹਨਾਂ ਨੂੰ ਤਾਂ ਮਿਲਣਗੀਆਂ ਜਿਹਨਾਂ ਦੀ ਸਿਹਤ ਹੋਏਗੀ। ਜੇ ਇਹਨਾਂ ਦੀ ਇਹਨਾਂ ਦਾ ਲੱਕ 27 ਕਮਰ ਹੋਊਗਾ ਤਾਂ ਉਹਨਾਂ ਨੂੰ ਨੌਕਰੀ ਥੋੜ੍ਹੀ ਮਿਲਣੀ ਹੈ, ਉਹਨਾਂ ਨੂੰ ਨੌਕਰੀ ਨਹੀਂ ਮਿਲ ਸਕਦੀ। ਜਿਹਨਾਂ ਦਾ ਡੌਲਾ ਡੌਲਾ 10 ਇੰਚ ਤੋਂ ਉੱਪਰ ਹੋਊਗਾ, 8 ਇੰਚ ਤੋਂ ਉੱਪਰ ਹੋਊਗਾ, ਨੌਕਰੀ ਉਹਨਾਂ ਵਾਸਤੇ ਆ। ਹੁਣ ਮੇਰੇ ਵਰਗਾ ਬੰਦਾ ਆ ਕੇ ਮਜ਼ਦੂਰ ਕਹੇਗਾ ਜੀ, ਜਿਹਦਾ ਮੰਨ ਲਓ 3 ਇੰਚ ਦਾ ਡੌਲਾ ਵੀ ਹੈ ਨਹੀਂਗਾ, ਉਹ ਆ ਕੇ ਕਹੇਗਾ ਮੈਨੂੰ ਪੰਜਾਬ ਪੁਲਿਸ ਦੀ ਨੌਕਰੀ ਮਿਲਣੀ ਹੈ, ਅਤੇ ਪੰਜਾਬ ਪੁਲਿਸ ਵੀ ਥੋੜ੍ਹੀ ਸਿਆਣੀ ਹੈ। ਸਭ ਤੋਂ ਘੱਟ ਵੋਟਾਂ ਪ੍ਰਾਪਤ ਕਰਕੇ ਚਰਚਾ ਦਾ ਵਿਸ਼ਾ ਬਣੇ ਨੀਟੂ ਸ਼ਟਰਾਂ ਵਾਲੇ ਨੂੰ ਦਿਨੋਂ ਦਿਨ ਮਿਲੇ ਲੋਕਾਂ ਦੇ ਅਤੇ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਦੇ ਸਾਥ ਨੇ ਉਸ ਨੂੰ ਦਿਨੋਂ ਦਿਨ ਸਟਾਰ ਬਣਾ ਦਿੱਤਾ ਆ। ਜਲੰਧਰ ਤੋਂ ਮਨਵੀਰ ਦੀ ਰਿਪੋਰਟ, D5 ਚੈਨਲ, ਪੰਜਾਬੀ।